ਨਮਸਕਾਰ ਦੂਰਦਰਸ਼ਨ ਖਬਰਾਂ 'ਚ ਆਪ ਸਭ ਦਾ ਸਵਾਗਤ ਮੈਂ ਜਤਿੰਦਰ ਸਿੰਘ ਪਹਿਲਾਂ ਪੇਸ਼ ਨੇ ਝੋਣਮੀਆਂ ਖਬਰਾਂ ਕੇਂਦਰੀ ਖੇਤੀ ਕਾਨੂੰਨ ਤੇ ਪਏ ਰੇੜਕੇ ਦੇ ਹੱਲ ਹੀ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਨੌਵੇਂ ਗੇੜ ਦੀ ਗੱਲਬਾਤ ਵੀ ਬੇਸਿਟਾ ਰਹੀ ਅਗਲੇ ਗੇੜ ਦੀ ਗੱਲਬਾਤ 19 ਜਨਵਰੀ ਨੂੰ ਹੋਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲਕੇ ਵਿਸ਼ਵ ਦੇ ਸਭ ਤੋਂ ਵੱਡੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਦੀ ਵੀਡੀਓ ਕਾਨਫਰੰਸ ਰਾਹੀਂ ਸ਼ੁਰੂਆਤ ਕਰਨਗੇ ਕੋਵਿਡ ਟੀਕਾਕਰਨ ਦੇ ਉਦਗਾਟਨ ਸਮੇਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੈਂਦੇ 3006 ਟੀਕਾਕਰਨ ਸੈਂਟਰਾਂ ਨੂੰ ਵਰਚੁਅਲ ਮਾਧਿਅਮ ਰਾਹੀਂ ਜੋੜਿਆ ਜਾਵੇਗਾ। ਮਲਕੇ ਸ਼ੁਰੂ ਹੋਣ ਵਾਲੇ ਕੋਰੋਨਾ ਟੀਕਾਕਰਨ ਅਭਿਆਨ ਦੇ ਮਦੇ ਨਜ਼ਰ ਅੱਜ ਜਲੰਧਰ ਵਿੱਚ ਸਿਵਲ ਸਰਜਨ ਦਫ਼ਤਰ ਵਿਖੇ ਇੱਕ ਮੀਡੀਆ ਵਰਕਸ਼ਾਪ ਕਰਵਾਈ ਗਈ। ਕੋਰੋਨਾ ਤੋਂ ਠੀਕ ਹੋਣ ਦੀ ਦਰ 96.53% ਤੇ ਪਹੁੰਚੀ। ਹੁਣ ਤੱਕ ਦੇਸ਼ ਵਿੱਚ 1 ਕਰੋੜ 1,62,000 ਤੋਂ ਜ਼ਿਆਦਾ ਮਰੀਜ਼ ਕਰੋਨਾ ਤੋਂ ਠੀਕ ਹੋਏ। ਭਾਰਤੀ ਫੌਜ ਵੱਲੋਂ ਅੱਜ ਆਪਣਾ 73ਵਾਂ ਸੈਨਾ ਦਿਵਸ ਮਨਾਇਆ ਗਿਆ। ਭਾਰਤੀ ਫੌਜ ਦੇ ਮੁਖੀ ਜਨਰਲ ਐਮ ਐਮ ਨਰਵਣੇ ਨੇ ਕਿਹਾ ਹੈ ਕਿ ਚੀਨੀ ਫੌਜੀਆਂ ਨਾਲ ਗਲਵਾਨ ਘਾਟੀ ਵਿੱਚ ਸੰਘਰਸ਼ ਦੌਰਾਨ ਸ਼ਹੀਦ ਹੋਏ 20 ਭਾਰਤੀ ਸੈਨਿਕਾਂ ਦਾ ਬਲੀਦਾਨ ਅਜਾਈ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਲਕੇ ਦੇਸ਼ ਦੇ ਯੁਵਾ ਉਦਮੀ ਸਟਾਰਟਅਪਸ ਨਾਲ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਪ੍ਰਾਰੰਭ ਸਟਾਰਟਅਪ ਇੰਡੀਆ ਅੰਤਰਰਾਸ਼ਟਰੀ ਸਿਖਰ ਸੰਮੇਲਨ ਨੂੰ ਵੀ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਨਗੇ ਲੜੀ ਦੇ ਚੌਥੇ ਕ੍ਰਿਕਟ ਟੈਸਟ ਮੈਚ ਦੌਰਾਨ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਆ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 5 ਖਿਡਾਰੀਆਂ ਪਿੱਛੇ 274 ਦੌੜਾਂ ਬਣਾਈਆਂ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਖੇਤੀ ਕਾਨੂੰਨ ਤੇ ਪਏ ਰੇੜਕੇ ਦੇ ਹੱਲ ਲਈ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ 9ਵੇਂ ਗੇੜ ਦੀ ਗੱਲਬਾਤ ਵੀ ਬੇਸਿੱਟਾ ਰਹੀ ਹੈ। ਅਗਲੇ ਗੇੜ ਦੀ ਗੱਲਬਾਤ 19 ਜਨਵਰੀ ਲਈ ਤੈਅ ਹੋਈ ਹੈ। ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ, ਵਣਜ ਅਤੇ ਖੁਰਾਕ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਵਣਜ ਰਾਜ ਮੰਤਰੀ ਸੋਮਪ੍ਰਕਾਸ਼ ਸ਼ਾਮਲ ਸਨ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਖੁੱਲੇ ਮਨ ਨਾਲ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਚਿੰਤਾਵਾਂ ਦਾ ਹੱਲ ਗੱਲਬਾਤ ਰਾਹੀਂ ਹੀ ਹੋ ਸਕਦਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਅਗਲੇ ਗੇੜ ਦੀ ਗੱਲਬਾਤ ਦੇ ਕੁਝ ਸਾਰਥਕ ਨਤੀਜੇ ਸਾਹਮਣੇ ਆਉਣਗੇ ਖੇਤੀ ਮੰਤਰੀ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਦਾ ਵੀ ਖਤਰਾ ਹੈ ਅਤੇ ਕਿਸਾਨ ਵੀ ਕੜਾਕੇ ਦੀ ਠੰਡ ਵਿੱਚ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਨੇ ਸਲਾਹ ਦਿੱਤੀ ਕਿ ਰੇੜਕੇ ਦੇ ਖੇਤੀ ਹਾਲੀ ਕਿਸਾਨ ਜਥੇਬੰਦੀਆਂ ਨੂੰ ਇੱਕ ਗੈਰ ਰਸਮੀ ਗਰੁੱਪ ਬਣਾ ਕੇ ਪ੍ਰਸਤਾਵ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ इस उत्ते विचार हो सके पिछली बैठक और इस बैठक के बीच में उच्चतम न्यायालय का फैसला आया भारत सरकार उच्चतम न्यायालय के फैसले का स्वागत करती है और उच्चतम न्यायालय ने जो समिति बनाई है वो समिति जब सरकार को बुलाएगी तो निश्चित रूप से हम अपना पक्ष उस समिति के सामने भी रखेंगे क्यूँकि सरकार और किसानों के बीच में वार्ता चल रही है और इसलिए आज वार्ता की तारीख तय थी तो किसानों के साथ वार्ता हमारी जारी है और हम लोग लगातार इस बात की कोशिश कर रहे हैं कि किसानों से चर्चा के माध्यम से कोई रास्ता निकल आए कि दरअसल सुप्रीम कोर्ट हमारे देश की सर्वोच्च संस्था है और हर व्यक्ति की जिम्मेवारी है कि सुप्रीम कोर्ट के प्रति उसकी प्रतिबद्धता हो 12 ਜਨਵਰੀ ਨੂੰ ਸੁਪਰੀਮ ਕੋਰਟ ਨੇ ਅਗਲੇ ਹੁਕਮਾ ਤੱਕ ਨਵੇਂ ਖੇਤੀ ਕਾਨੂੰਨਾਂ ਦੇ ਅਮਲ 'ਤੇ ਰੋਕ ਲਗਾ ਦਿੱਤੀ ਸੀ ਅਤੇ ਕਿਸਾਨਾਂ ਨਾਲ ਗੱਲਬਾਤ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਜੇਸੂ ਵੱਲੋਂ 2 ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕੀਤੀ ਜਾਣੀ ਹੈ ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਮੇਟੀ ਅੱਗੇ ਪੇਸ਼ ਹੋਣ ਬਾਰੇ ਸ਼ੰਕੇ ਜाहिर ਕੀਤੇ ਸਨ ਇਨ੍ਹਾਂ ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਚਿੰਤਾਵਾਂ ਤੇ ਗੌਰ ਕਰਨ ਲਈ ਇੱਕ ਕਮੇਟੀ ਦੇ ਗਠਨ ਬਾਰੇ ਸਰਕਾਰ ਦੇ ਪ੍ਰਸਤਾਵ ਨੂੰ ਵਿਰਧ ਕਰ ਦਿੱਤਾ ਗਿਆ ਸੀ ਸੁਪਰੀਮ ਕੋਰਟ ਵੱਲੋਂ ਥਾਪੀ ਗਈ ਕਮੇਟੀ ਦੇ ਇੱਕ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਬੀਤੇ ਵੀਰਵਾਰ ਆਪਣੇ ਆਪ ਨੂੰ ਇਸ ਕਮੇਟੀ ਤੋਂ ਵੱਕਰ ਲਿਆ ਸੀ ਅਤੇ ਅੰਦੋਲਨਕਾਰੀ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ ਜ਼ਿਕਰਯੋਗ ਹੈ ਕਿ ਹਜ਼ਾਰਾਂ ਕਿਸਾਨ ਵਕ ਵਕ 40 ਕਿਸਾਨ ਜਥੇਬੰਦੀਆਂ ਦੇ ਬੈਨਰਾਂ ਹੇਠ ਦਿੱਲੀ ਨਾਲ ਲੱਗਦੇ ਟੀਕਰੀ, ਸਿੰਘੂ ਅਤੇ ਗਾਜ਼ੀਪੁਰ ਬਾਡਰਾਂ 'ਤੇ ਅੰਦੋਲਨ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਤਿੰਨੋਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਹਨਾਂ ਦਾ ਅੰਦੋਲਨ ਜਾਰੀ ਰਹੇਗਾ ਇਹਨਾਂ ਤਿੰਨ ਖੇਤੀ ਕਾਨੂੰਨਾਂ ਵਿੱਚ ਕਿਸਾਨ ਉਤਪਾਦ ਵਪਾਰ ਅਤੇ ਵਣਜ ਕਾਨੂੰਨ 2020 ਜ਼ਰੂਰੀ ਵਸਤਾਂ ਸੋਧ ਕਾਨੂੰਨ 2020 ਅਤੇ ਕਿਸਾਨ ਸ਼ਕਤੀਕਰਨ ਅਤੇ ਰੱਖਿਆ ਮੁੱਲ ਭਰੋਸਾ ਸਮਝੌਤਾ ਅਤੇ ਫਾਰਮ ਸੇਵਾਮਾ ਕਾਨੂੰਨ 2020 ਸ਼ਾਮਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਵਿਸ਼ਵ ਦੇ ਸਭ ਤੋਂ ਵੱਡੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਦੀ ਵੀਡੀਓ ਕਾਨਫਰੰਸ ਰਾਹੀਂ ਸ਼ੁਰੂਆਤ ਕਰਨਗੇ। ਕੋਵਿਡ-19 ਟੀਕਾਕਰਨ ਦਾ ਇਹ ਦੇਸ਼ ਵਿਆਪੀ ਅਭਿਆਨ ਦੇਸ਼ ਦੇ ਹਰ ਕੋਨੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਕੋਵਿਡ ਟੀਕਾਕਰਨ ਦੇ ਉਦਘਾਟਨ ਸਮੇਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੈਂਦੇ 3006 ਟੀਕਾਕਰਨ ਸੈਂਟਰਾਂ ਨੂੰ ਵਰਚੁਅਲ ਮਾਧਿਅਮ ਰਾਹੀਂ ਜੋੜਿਆ ਜਾਵੇਗਾ। ਹਰ ਸੈਂਟਰ ਤੇ ਕੋਈ 100-100 ਲਾਭਪਾਤਰੀਆਂ ਦੇ ਕੋਰੋਨਾ ਟੀਕੇ ਲਗਾਏ ਜਾਣਗੇ। ਇਹ ਕੋਵਿਡ ਟੀਕਾਕਰਨ ਪ੍ਰੋਗਰਾਮ ਤਰਜੀਹੀ ਗਰੁਪਾਂ ਅਤੇ ਸਰਕਾਰੀ ਤੇ ਪ੍ਰਾਈਵੇਟ ਸੈਕਟਰਾਂ ਦੇ ਸਿਹਤ ਕਰਮੀਆਂ ਦੇ ਸਿਧਾਂਤਾਂ ਤੇ ਅਧਾਰੇ ਤੇ ਇਹਨਾਂ ਤਰਜੀਹੀ ਗਰੁਪਾਂ ਦੇ ਲਾਪਾਤਰੀਆਂ ਦੇ ਪਲਕੇ ਸ਼ੁਰੂ ਹੋਣ ਵਾਲੇ ਸ਼ੁਰੂਆਤੀ ਦੌਰ ਦੌਰਾਨ ਟੀਕੇ ਲਗਾਏ ਜਾਣਗੇ। ਸਰਕਾਰ ਨੇ ਕਿਹਾ ਹੈ ਕਿ ਕੋਵਿਡ ਟੀਕੇ ਦੇ ਪੂਰੇ ਚੱਕਰ ਲਈ ਦੋ ਖੁਰਾਕਾਂ 28 ਦਿਨਾਂ ਦੇ ਵਕਫੇ ਤੋਂ ਬਾਅਦ ਦਿੱਤੀਆਂ ਜਾਣਗੀਆਂ। ਸਿਹਤ ਮੰਤਰਾਲੇ ਨੇ ਟੀਕਾਕਰਨ ਬਿਆਨ ਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਲਈ ਆਮ ਤੌਰ ਤੇ ਪੁੱਛੇ ਜਾਣ ਵਾਲੇ ਸਵਾਲਾਂ ਜਵਾਬਾਂ ਦੀ ਲੜੀ ਜਾਰੀ ਕੀਤੀ ਹੈ। ਇਸ ਅਨੁਸਾਰ ਕੋਵਿਡ ਟੀਕੇ ਦੀ ਦੂਜੀ ਖੁਰਾਕ ਲੈਣ ਤੋਂ 2 ਹਫ਼ਤੇ ਬਾਅਦ ਆਮ ਤੌਰ ਤੇ ਸੁਰੱਖਿਅਤ ਐਂਟੀਬਾਡੀਜ਼ ਬਣ ਜਾਂਦੀਆਂ ਨੇ ਮੰਤralੇ ਨੇ ਕਿਹਾ ਕਿ ਕੋਵਿਡ ਟੀਕਾਕਰਨ ਸਵੈਚੁਕੇ ਮੰਤralੇ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਕੋਰੋਨਾ ਦੀ ਲਾਗ ਤੋਂ ਬਚਣ ਲਈ ਕੋਵਿਡ ਟੀਕੇ ਦੇ ਪੂਰੇ ਚੱਕਰ ਦੀ ਪਾਲਣਾ ਜ਼ਰੂਰੀ ਹੈ ਇਸ ਨਾਲ ਪਰਿਵਾਰ ਦੇ ਮੈਂਬਰਾਂ ਦੋਸਤਾਂ ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਲਈ ਲਾਗ ਦੇ ਖਤਰੇ ਨੂੰ ਘਟਕੀਤਾ ਜਾ ਸਕਦਾ ਹੈ ਕੋਵਿਡ ਪ੍ਰਭਾਵਿਤ ਵਿਅਕਤੀਆਂ ਨੂੰ ਇਸ ਦੇ ਲੱਛਣ ਖਤਮ ਹੋਣ ਤੋਂ ਬਾਅਦ 14 ਦਿਨ ਤੱਕ ਟੀਕਾ ਨਹੀਂ ਲਗਵਾਉਣਾ ਚਾਹੀਦਾ ਕਿਉਂਕਿ ਉਹਨਾਂ ਦੇ ਟੀਕਾ ਕਰਨ ਵਾਲੀ ਜਗ੍ਹਾ ਤੇ ਜਾਣ ਨਾਲ ਕੋਰੋਨਾ ਵਾਇਰਸ ਦੇ ਫੈਲਣ ਦਾ ਜੋਖਮ ਵੱਧ ਜਾਂਦਾ ਹੈ ਮੰਤਰਾਲੇ ਨੇ ਕਿਹਾ ਕਿ ਭਾਰਤ ਵਿੱਚ ਲਗਾਇਆ ਜਾ ਰਿਹਾ ਟੀਕਾ ਬਾਕੀ ਮੁਲਕਾਂ ਵਿੱਚ ਵਿਕਸਿਤ ਕੀਤੇ ਗਏ ਟੀਕੇ ਵਾਂਗ ਓਨਾ ਹੀ ਪ੍ਰਭਾਵਸ਼ਾਲੀ ਹੈ ਪਲਕੇ ਸ਼ੁਰੂ ਹੋਣ ਵਾਲੇ ਕੋਰੋਨਾ ਟੀਕਾਕਰਨ ਅਭਿਆਨ ਦੇ ਮੱਦੇਨਜ਼ਰ ਅੱਜ ਜਲੰਧਰ ਵਿੱਚ ਸਿਵਲ ਸਰਜਨ ਦਫ਼ਤਰ ਵਿਖੇ ਇੱਕ ਮੀਡੀਆ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਰਾਕੇਸ਼ ਕੁਮਾਰ ਚੋਪੜਾ ਨੇ ਕਿਹਾ ਕਿ ਲੋਕਾਂ ਵਿੱਚ ਕੋਵਿਡ-19 ਵੈਕਸੀਨ ਸੰਬੰਧੀ ਅਫਵਾਹਾਂ ਨੂੰ ਦੂਰ ਕਰਨ ਅਤੇ ਟੀਕਾਕਰਨ ਬਾਰੇ ਹੋਰ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਮੀਡੀਆ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਪਲਕੇ ਜਲੰਧਰ ਜ਼ਿਲ੍ਹੇ ਵਿੱਚ ਤਿੰਨ ਸਥਾਨਾਂ ਤੇ ਕੋਰੋਨਾ ਟੀਕਾਕਰਨ ਹੋਵੇਗਾ ਜਿਨ੍ਹਾਂ ਵਿੱਚ ਸਿਵਲ ਹਸਪਤਾਲ ਜਲੰਧਰ, ਅਰਬਨ ਸੀਐਚਸੀ ਬਸਤੀ ਗੁਜ਼ਾਂ ਅਤੇ ਸਬ ਡਿਵੀਜ਼ਨਲ ਹ ਇਨਾ ਸੈਂਟਰਾਂ ਤੇ ਰਜਿਸਟਰਡ ਲਾਪਾਤਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ ਉਹਨਾਂ ਅੱਗੇ ਦੱਸਿਆ ਕਿ سیرਮ ਇੰਸਟੀਚਿਊਟ ਪੂਨੇ ਵੱਲੋਂ ਉਪਲਬਧ ਕਰਵਾਈ ਗਈ ਕੋਵੀ ਸ਼ੀਲਡ ਵੈਕਸੀਨ ਸਭ ਤੋਂ ਪਹਿਲਾਂ ਫਰੰਟ ਲਾਈਨ ਵਰਕਰਾਂ ਅਤੇ ਹੈਲਥ ਵਰਕਰਾਂ ਨੂੰ ਲਗਾਈ ਜਾਵੇਗੀ ਅਤੇ ਇੱਕ ਸੈਂਟਰ ਤੇ 100-100 ਲਾਪਾਤਰੀਆਂ ਦਾ ਟੀਕਾਕਰਨ ਹੋਵੇਗਾ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਨੂੰ ਕੋਵੀ ਸ਼ੀਲਡ ਦੀਆਂ 16490 ਡੋਜ਼ ਪ੍ਰਾਪਤ ਹੋਈਆਂ ਨੇ ਕੋਵਿਡ ਟੀਕੇ ਦੀ ਦੂਜੀ ਡੋਜ਼ ਪਹਿਲੀ ਡੋਜ਼ ਦੇ 28 ਦਿਨ ਬਾਅਦ ਲੱਗੇਗੀ ਉਹਨਾਂ ਅੱਗੇ ਦੱਸਿਆ ਕਿ ਕੋਰੋਨਾ ਵੈਕਸੀਨ ਦੇ ਰੱਖ-ਰਖਾਵ ਸੰਬੰਧੀ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਤੇ ਟੀਕਾ ਕਰਨ ਵਾਲੀ ਥਾਂ ਤੇ ਇੱਕ ਡਾਕਟਰੀ ਟੀਮ ਮੌਜੂਦ ਰਹੇਗੀ ਤਾਂ ਜੋ ਵੈਕਸੀਨ ਲੱਗਣ ਤੋਂ ਉਪਰੰਤ ਜੇ ਕਿਸੇ ਵਿਅਕਤੀ ਨੂੰ ਸਿਹਤ ਸਮੱਸਿਆ ਆਉਂਦੀ ਏ ਤਾਂ ਮੌਕੇ ਤੇ ਹੀ ਉਸਨੂੰ ਦੂਰ ਕੀਤਾ ਜਾ ਸਕੇ ਦੇਖੋ ਜੀ ਕੱਲ ਸਾਨੂੰ ਚੰਡੀਗੜ੍ਹ ਤੋਂ ਮੇਨ ਸਟੋਰ ਤੋਂ 16490 ਡੋਜ਼ ਜਿਹੜੀਆਂ ਉਹ ਮਿਲ ਗਈ ਹੈ ਜਿਹੜੀਆਂ ਸਾਡੇ ਮੇਨ ਸਟੋਰ ਚ ਆ ਗਈਆਂ ਹੈਗੀ ਤੇ ਅੱਜ ਅਸੀਂ ਜਿਹੜੇ ਸਾਡੇ ਤਿੰਨ ਜਗ੍ਹਾ ਕੱਲੋਂ ਸ਼ੁਰੂ ਕਰਨੇ ਵੈਕਸੀਨੇਸ਼ਨ ਉਹਨਾਂ ਵਿੱਚ ਡਿਸਟ੍ਰਿਕਟ ਹਸਪੀਟਲ ਜਲੰਧਰ ਬਸਤੀ ਗੁਜਾਂ ਸਾਡੀ ਅਰਬਨ ਸੀਐਸਸੀ ਹੈਗੀ ਤੇ ਰੂਰਲ ਹਸਪੀਟਲ ਮੁਕੋਦਰ ਹੈਗਾ ਉਹਨਾਂ ਤਿੰਨਾਂ ਜਗ੍ਹਾ ਤੇ ਅੱਜ ਅਸੀਂ ਵੈਕਸੀਨ ਜਿੰਨੀ ਸਾਨੂੰ ਰਿਕੁਆਇਰਡ ਹੋਊਗੀ ਓਨੀ ਭੇਜਾਂਗੇ ਕਿਉਂਕਿ ਵੈਕਸੀਨੇਸ਼ਨ ਲਈ ਸਰਕਾਰ ਵੱਲੋਂ ਹਦਾਇਤਾਂ ਕਿ ਉੱਥੇ ਸਿਕਿਉਰਿਟੀ ਦਾ ਪ੍ਰਬੰਧ ਹੋਣਾ ਚਾਹੀਦਾ ਇਸ ਕਰਕੇ ਅਸੀਂ ਜ਼ਿਆਦੀ ਵੈਕਸੀਨੇਸ਼ਨ ਨਹੀਂ ਭੇਜਣੀ ਇੱਥੇ ਸਾਡੇ ਕੋਲ ਸਿਕਿਉਰਿਟੀ ਦੇ ਵਿੱਚ ਹੀ ਪਈ ਆ ਤੇ ਜਿੰਨੀ ਜਿੰਨੀ ਲੋੜ ਅਸੀਂ ਭੇਜੀ ਜਾਵਾਂਗੇ ਕੋਈ ਵੀ ਸ਼ੀਲਡ ਜਿਹੜੀ ਸਾਨੂੰ ਮਿਲੀ ਹੈਗੀ ਜੀ ਡੇਲੀ ਅਸੀਂ 100 ਬੈਨੀਫਿਸ਼ਰੀ ਨੂੰ ਪਰ ਸਾਈਟ ਤੇ 100 ਨੂੰ ਮੈਸੇਜ ਜਾਣਗੇ ਤੇ ਇਹ ਵੌਲੰਟਰੀ ਹੈਗਾ ਆ ਉਹਦੇ ਚੋਂ ਕਿੰਨੇ ਬੰਦੇ ਆ ਕੇ ਲਗਵਾਉਣਾ ਚਾਹੁੰਦੇ ਆ ਉਹ ਲਗਵਾ ਸਕਦੇ ਆ ਜੇ ਕਿਸੇ ਨੂੰ ਮਤਲਬ ਇੱਛਾ ਹੈ ਕਿ ਨਹੀਂ ਲਗਵਾਉਣਾ ਉਹ ਉਹਦੀ ਆਪਣੀ ਮਰਜ਼ੀ ਹੈ ਜ਼ਰੂਰੀ ਨਹੀਂ ਹੈ ਸਰ ਕੰਪਲਸਰੀ ਦੇਸ਼ ਵਿੱਚ ਕੋਰੋਨਾ ਤੋਂ ਠੀਕ ਹੋਣ ਦੀ ਦਰ ਵਿੱਚ ਲਗਾਤਾਰ ਸੁਧਾਰ ਜਾਰੀ ਹੈ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਹੁਣ ਤੱਕ ਦੇਸ਼ ਵਿੱਚ 1 ਕਰੋੜ 1 ਲੱਖ 62 ਹਜ਼ਾਰ ਤੋਂ ਜ਼ਿਆਦਾ ਮਰੀਜ਼ ਕੋਰੋਨਾ ਤੋਂ ਠੀਕ ਹੋਏ ਨੇ ਅਤੇ ਕੋਰੋਨਾ ਤੋਂ ਠੀਕ ਹੋਣ ਦੀ ਦਰ 96.53% ਤੇ ਪਹੁੰਚ ਗਈ ਹੈ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਸੰਖਿਆ ਵੀ ਲਗਾਤਾਰ 20 ਹਜ਼ਾਰ ਤੋਂ ਘਟ ਦਰਜ ਕੀਤੀ ਜਾ ਰਹੀ ਹੈ 24 ਘੰਟਿਆਂ ਵਿੱਚ ਦੇਸ਼ ਵਿੱਚ 15590 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ कोरोना ਤੋਂ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਐਕਟਿਵ ਮਾਮਲਿਆਂ ਤੋਂ ਲਗਾਤਾਰ ਵੱਧ ਰਹੀ ਹੈ ਮੌਜੂਦਾ ਸਮੇਂ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਐਕਟਿਵ ਮਾਮਲਿਆਂ ਨਾਲੋਂ ਕੋਈ 48 ਗੁਣਾ ਵੱਧੇ ਇਸ ਸਮੇਂ ਕੋਰੋਨਾ ਵਾਇਰਸ ਦੇ ਜ਼ੇਰੇ ਇਲਾਜ ਮਰੀਜ਼ਾਂ ਦੀ ਸੰਖਿਆ 213000 ਜੋ ਕੋਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਸੰਖਿਆ ਦਾ 2.02% ਬਣਦਾ ਹੈ ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਵਾਧੇ ਨਾਲ ਮੌਤ ਦਰ ਵਿੱਚ ਗਿਰਾਵਟ ਆਈ ਹੈ ਜੋ ਇਸ ਸਮੇਂ 1.44% ਦਰਜ ਕੀਤੀ ਗਈ ਹੈ। ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 191 ਲੋਕਾਂ ਦੀਆਂ ਜਾਨਾਂ ਗਈਆਂ। ਭਾਰਤੀ ਫੌਜ ਵੱਲੋਂ ਅੱਜ ਆਪਣਾ 73ਵਾਂ ਸੈਨਾ ਦਿਵਸ ਮਨਾਇਆ ਗਿਆ। ਭਾਰਤ ਦੇ ਅੰਤਿਮ ਬ੍ਰਿਟਿਸ਼ ਕਮਾਂਡਰ ਇਨ ਚੀਫ ਜਨਰਲ ਫਰਾਂਸਿਸ ਬੁਚਰ ਤੋਂ 1949 ਵਿੱਚ ਉਸ ਸਮੇਂ ਦੇ ਲੈਫਟੀਨੈਂਟ ਜਨਰਲ ਕੀਐਮ ਕਰਯਪਾ ਨੇ ਭਾਰਤੀ ਸੈਨਾ ਦੇ ਕਮਾਂਡਰ ਇਨ ਚੀਫ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ਦੀ ਯਾਦ ਵਿੱਚ ਹਰ ਬਰੇ 15 ਜਨਵਰੀ ਨੂੰ ਸੈਨਾ ਦਿਵਸ ਮਨਾਇਆ ਜਾਂਦਾ ਹੈ। ਭਾਰਤੀ ਫੌਜ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਨਵੀਂ ਦਿੱਲੀ ਦੇ ਕੌਮੀ ਜੰਗੀ ਯਾਦਗਾਰ ਵਿਖੇ ਇੱਕ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ ਚੀਫ ਆਫ ਦਿ ਡਿਫੈਂਸ ਸਟਾਫ ਜਨਰਲ ਬਿਪਿੰਨ ਰਾਵਤ ਅਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਜਨਰਲ ਐਮਐਮ ਨਰਵਣੇ, ਐਡਮiral ਕਰਮਬੀਰ ਸਿੰਘ ਅਤੇ ਹਵਾਈ ਸੈਨਾ ਮੁਖੀ ਮਾਰਸ਼ਲ ਆਰਕੇ ਸਿੰਘ ਪਦੋਰੀਆ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕੀਤੀਆਂ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੈਨਾ ਦਿਵਸ ਮੌਕੇ ਦਿੱਤੇ ਆਪਣੇ ਸੁਨੇਹੇ ਵਿੱਚ ਭਾਰਤੀ ਸੈਨਾ ਦੇ ਬਹਾਦਰ ਮਹਿਲਾ ਅਤੇ ਪੁਰਸ਼ ਸੈਨਿਕਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਅੱਜ ਅਸੀਂ ਉਹਨਾਂ ਸਾਰੇ ਬਹਾਦਰ ਵੀਰਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਸਨ ਦੇਸ਼ ਹਮੇਸ਼ਾ ਸਾਹਸੀ ਅਤੇ ਵਚਨਬੱਧ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਰਿਣੀ ਰਹੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਭਾਰਤੀ ਸੈਨਾ ਦੀ ਸ਼ਲਾਘਾ ਕਰਦਿਆਂ ਸੈਨਾ ਦੇ ਜਵਾਨਾਂ ਨੂੰ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਸਾਡੀ ਸੈਨਾ ਸ਼ਕਤੀਸ਼ਾਲੀ ਸਾਹਸੀ ਅਤੇ ਦ੍ਰਿੜ ਸੰਕਲਪ ਵਾਲੀ ਹੈ ਜਿਸਨੇ ਦੇਸ਼ ਦਾ ਸਿਰ ਮਾਣ ਨਾਲ ਹਮੇਸ਼ਾ ਉੱਚਾ ਕੀਤਾਏ ਉਹਨਾਂ ਨੇ ਕਿਹਾ ਕਿ ਉਹ ਸਾਰੇ ਦੇਸ਼ਵਾਸੀਆਂ ਵੱਲੋਂ ਭਾਰਤੀ ਸੈਨਾ ਨੂੰ ਨਮਨ ਕਰਦੇ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਐਮ ਐਮ ਨਰਵਣੇ ਨੇ ਕਿਹਾ ਹੈ ਕਿ ਚੀਨੀ ਫੌਜੀਆਂ ਨਾਲ ਗਲਵਾਨ ਕਾਟੀ ਵਿੱਚ ਸੰਘਰਸ਼ ਦੌਰਾਨ ਸ਼ਹੀਦ ਹੋਏ 20 ਭਾਰਤੀ ਸੈਨਿਕਾਂ ਦਾ ਬਲੀਦਾਨ ਅਜਾਈ ਨਹੀਂ ਜਾਵੇਗਾ ਅੱਜ ਨਵੀਂ ਦਿੱਲੀ ਵਿੱਚ 73ਵੇਂ ਫੌਜ ਦੇ ਇਸ ਮੌਕੇ ਪ੍ਰੇਡ ਦੌਰਾਨ ਆਪਣੇ ਸੰਬੋਧਨ ਵਿੱਚ ਜਨਰਲ ਨਰਵਣੇ ਨੇ ਗਲਵਾਨ ਕਾਟੀ ਦੇ ਸ਼ਹੀਦਾਂ ਨੂੰ ਨਿਗੀਆਂ ਸ਼ਰਧਾਂਜਲੀयां ਭੇਟ ਕੀਤੀਆਂ ਉਨਾ ਕੇਹਾ ਕਿ ਸਾਰੇ ਦੇਸ਼ ਦੀਆਂ ਉਤਰੀ ਸੀਮਾਵਾਂ 'ਤੇ ਚੱਲ ਰਹੇ ਤਣਾਅ ਤੋਂ ਜਾਣੂ ਨੇ ਜਰਨਲ ਨਰਵਣੇ ਨੇ ਕਿਹਾ ਕਿ ਚੀਨ ਵੱਲੋਂ ਸਰਹੱਦਾਂ ਤੇ ਜਿਉਂਦੀ ਤਿਉਂ ਸਥਿਤੀ ਨੂੰ ਇੱਕ ਤਰਫਾ ਬਦਲਣ ਦੀ ਸਾਜ਼ਿਸ਼ ਦਾ ਭਾਰਤੀ ਸੈਨਾ ਨੇ ਮੂੰ ਤੋੜ ਜਵਾਬ ਦਿੱਤਾ। ਉਹਨਾਂ ਕਿਹਾ ਕਿ ਅਸੀਂ ਸਰਹੱਦੀ ਵਿਵਾਦਾਂ ਦਾ ਹੱਲ ਗੱਲਬਾਤ ਅਤੇ ਰਾਜਨੀਤਿਕ ਪੱਧਰ ਤੇ ਲੱਭਣ ਲਈ ਵਚਨਬੱਧ ਹਾਂ ਪਰ ਕੋਈ ਵੀ ਸਾਡੇ ਧੀਰਜ ਦੀ ਪ੍ਰੀਖਿਆ ਲੈਣ ਦੀ ਗਲਤੀ ਨਾ ਕਰੇ। ਆਤਵਾਦੀ ਬੋਲਦੇ ਹਾਂ ਫੌਜ ਦੇ ਮੁਖੀ ਨੇ ਕਿਹਾ ਕਿ ਭਾਰਤੀ ਫੌਜ ਨੇ ਪਿਛਲੇ 1 ਸਾਲ ਦੌਰਾਨ 200 ਆਤਵਾਦੀਆਂ ਦਾ ਖਾਤਮਾ ਕੀਤਾ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਜੇ ਵੀ ਕੋਈ 400 ਆਤਵਾਦੀ ਟ੍ਰੇਨਿੰਗ ਕੈਂਪਾਂ ਤੋਂ ਭਾਰਤ ਦੀ ਸੀਮਾ ਅੰਦਰ ਕੋਸਪੈਟ ਕਰਨ ਦੀ ਫਿਰਾਕ ਵਿੱਚ ਨੇ। कंट्रोल रेखा से गोलीबंदी की उल्लंघना दया घटना चौतालीस फीसद वादा होया। पिछले वर्ष सेना ने नियंत्रण रेखा और काउंटर टेररिस्ट ऑपरेशंस में 200 से भी अधिक आतंकवादियों को मार गिराया इन प्रयासों से जे के में न केवल हिंसा की घटनाओं में काफी गिरावट आई है बल्कि आवान को भी आतंकवाद से राहत मिली देश के उत्तर पूर्वी क्षेत्र में ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲਕੇ ਦੇਸ਼ ਦੇ ਯੁਵਾ ਉਦਮੀ ਸਟਾਰਟਅਪਸ ਨਾਲ ਗੱਲਬਾਤ ਕਰਨਗੇ ਅਤੇ ਪ੍ਰਾਰੰਭ ਸਟਾਰਟਅਪ ਇੰਡੀਆ ਅੰਤਰਰਾਸ਼ਟਰੀ ਸਿਖਰ ਸੰਮੇਲਨ ਨੂੰ ਵੀ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਨਗੇ ਇਸ ਦੋ ਦਿਨਾਂ ਸਿਖਰ ਸੰਮੇਲਨ ਦਾ ਆਯੋਜਨ ਪਾਰ ਸਰਕਾਰ ਦੇ ਵਣਜ ਅਤੇ ਸੰਤਤਾ ਮੰਤਰਾਲਾ ਹੇਠ ਕੰਮ ਕਰਦੇ ਸੰਤਤਾ ਦੀ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਇਹ ਸਿਖਰ ਸੰਮੇਲਨ ਸਟਾਰਟਅਪ ਇੰਡੀਆ ਸਕੀਮ ਦੀ ਪੰਜਵੀਂ ਵਾਰ ਇਹ ਗੰਢ ਮੌਕੇ ਕਰਵਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 16 ਜਨਵਰੀ 2016 ਵਿੱਚ ਸਟਾਰਟਅਪ ਇੰਡੀਆ ਸਕੀਮ ਸ਼ੁਰੂ ਕੀਤੀ ਗਈ ਸੀ ਭਲਕੇ ਹੋਣ ਵਾਲੇ ਸਟਾਰਟਅਪ ਇੰਡੀਆ ਅੰਤਰਰਾਸ਼ਟਰੀ ਸਿਖਰ ਸੰਮੇਲਨ ਵਿੱਚ 25 ਤੋਂ ਵੱਧ ਦੇ ਮੁਲਕਾਂ ਦੇ ਕੋਈ 200 ਸਪੀਕਰ ਹਿੱਸਾ ਲੈਣਗੇ ਇਸ ਸਿਖਰ ਸੰਮੇਲਨ ਦਾ ਉਦਘਾਟਨ ਕੇਂਦਰੀ ਵਣਜ ਅਤੇ ਸੰਤਾਂਤਾਂ ਬਾਰੇ ਮੰਤਰੀ ਪਿਊਸ਼ ਗੋਇਲ ਵੱਲੋਂ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਕૌਸ਼ਲ ਵਿਕਾਸ ਯੋਜਨਾ ਦਾ ਤੀਜਾ ਪੜਾਅ ਅੱਜ ਤੋਂ ਦੇਸ਼ ਦੇ 600 ਜ਼ਿਲ੍ਹਿਆਂ ਵਿੱਚ ਲਾਂਚ ਕੀਤਾ ਗਿਆ ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਦੀ ਅਗਵਾਈ ਵਿੱਚ ਇਸ ਪੜਾਅ ਦੌਰਾਨ ਕੋਵਿਡ-19 ਨਾਲ ਸੰਬੰਧਿਤ ਹੁਨਰਾਂ ਤੇ ਨੌਜਵਾਨਾਂ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਸ ਗੇੜ ਤਹਿਤ ਤਕਰੀਬਨ 950 ਕਰੋੜ ਰੁਪਏ ਖਰਚ ਕੇ ਸਾਲ 2021 ਦੌਰਾਨ 8 ਲੱਖ ਉਮੀਦਵਾਰਾਂ ਨੂੰ ਹੁਨਰ ਸਿਖਲਾਈ ਦਿੱਤੀ ਜਾਵੇਗੀ ਯੋਜਨਾ ਦੇ ਤੀਜੇ ਪੜਾਅ ਤਹਿਤ 729 ਹੁਨਰ ਕੇਂਦਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ 200 ਤੋਂ ਜ਼ਿਆਦਾ ਤਕਨੀਕੀ ਸਿਖਲਾਈ ਸੰਸਥਾਵਾਂ ਸ਼ਾਮਲ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਪਹਿਲੇ ਦੋ ਪੜਾਵਾਂ ਦੇ ਆਧਾਰ ਤੇ ਤੀਜੇ ਗੇੜ ਦੇ ਸਿਖਲਾਈ ਪ੍ਰੋਗਰਾਮ ਵਿੱਚ ਕੁਝ ਸੁਧਾਰ ਕੀਤੇ ਗਏ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਹੁਨਰ ਸਿਖਲਾਈ ਪ੍ਰਣਾਲੀ ਨੂੰ ਬਿਹਤਰ ਬਣਾਇਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਜੁਲਾਈ 2015 ਨੂੰ ਸਕਿੱਲ ਇੰਡੀਆ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਆਸਟ੍ਰੇਲੀਆ ਦੇ ਬ੍ਰਿਸਬੇਨ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਮੌਜੂਦਾ ਕ੍ਰਿਕਟ ਟੈਸਟ ਲੜੀ ਦੇ ਚੌਥੇ ਤੇ ਅੰਤਿਮ ਮੈਚ ਵਿੱਚ ਅੱਜ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੀ ਸ਼ੁਰੂਆਤ ਭਾਵੇਂ ਬਹੁਤੀ ਚੰਗੀ ਨਹੀਂ ਰਹੀ। ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ 17 ਦੌੜਾਂ ਦੇ ਸਕੋਰ ਤੇ ਹੀ ਆਊਟ ਹੋ ਗਏ। ਪਰ ਮਾਂਸ ਲਬੂਸ਼ਗਨੇ ਦੇ ਸੈਂਕੜੇ ਅਤੇ ਬਾਅਦ ਵਿੱਚ ਆਉਣ ਵਾਲੇ ਬੱਲੇਬਾਜ਼ਾਂ ਦੀ ਚੰਗੀ ਕਾਰਗੁਜ਼ਾਰੀ ਸਦਕਾ ਉਹਨਾਂ ਨੇ ਉਸ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਪ ਲਬੁਸ਼ਕ ਨੇ 108 ਦੌੜਾਂ ਬਣਾ ਕੇ ਟੀ ਨਟਰਾਜਨ ਹੱਥੋਂ ਆਊਟ ਹੋਇਆ ਸਟੀਵ ਸਮਿਥ ਨੂੰ 36 ਦੌੜਾਂ ਦੇ ਨਿੱਜੀ ਸਕੋਰ ਤੇ ਵਸ਼ਿੰਟਨ ਸੁੰਦਰ ਨੇ ਆਊਟ ਕੀਤਾ ਮੈਥਿਊ ਵੇਡ ਦੀ ਵਿਕਟ ਵੀ 45 ਦੌੜਾਂ ਦੇ ਸਕੋਰ ਤੇ ਨਟਰਾਜਨ ਨੇ ਲਈ ਪਹਿਲੇ ਦਿਨ ਦੀ ਖੇਡ ਇਸਮਾਪਤ ਹੋਣ ਸਮੇ ਕੈਮਰਨ ਗ੍ਰੀਨ 28 ਅਤੇ ਕਪਤਾਨ ਟਿਮ ਪੈਨ ਧਤੀ ਦੌੜਾਂ ਬਣਾ ਕੇ ਕਰੀਜ਼ ਤੇ ਸੀ ਚੌਥਾ ਟੈਸਟ ਮੈਚ ਭਾਰਤ ਅਤੇ ਆਸਟ੍ਰੇਲੀਆ ਦੋਵਾਂ ਵਾਸਤੇ ਹੀ ਕਾਫੀ ਮਹੱਤਵਪੂਰਨ ਹੈ ਹੁਣ ਤੱਕ ਦੋਵੇਂ ਟੀਮਾਂ ਏਕ-ਏਕ ਟੈਸਟ ਮੈਚ ਜਿੱਤ ਕੇ ਬਰਾਬਰੀ ਤੇ ਚੱਲ ਰਹੀਆਂ ਨੇ ਤੇ ਚੌਥਾ ਟੈਸਟ ਮੈਚ ਲੜੀ ਤੇ ਇਸ ਨਾਲ ਹੀ ਸਾਡਾ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ